ਹੈਲੋ ਐਵਰੀਵਨ, ਤੇ ਅੱਜ ਮੈਂ ਗੱਲ ਕਰਾਂਗਾ ਤੁਹਾਡੇ ਨਾਲ। ਮੇਰੀਆਂ ਨਾ ਟੌਪ 10 ਐਕਸਰਸਾਈਜ਼ ਹੈ, ਆਲਮੋਸਟ 15 ਈਅਰਸ ਹੋ ਚੱਲੇ ਆ ਮੈਨੂੰ ਬੋਡੀ ਨੂੰ ਆਪਣੇ ਕਰਦੇ ਹੋਏ, ਨਾ ਵਰਕਆਊਟ ਕਰਦੇ ਹੋਏ, ਐਕਸਪੈਰੀਮੈਂਟ ਕਰਦੇ ਹੋਏ। ਤੇ ਇਹ 10 ਐਕਸਰਸਾਈਜ਼ਾਂ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਮੇਰੇ ਅਕੋਰਡਿੰਗਲੀ, ਵੈਸੇ ਹਰੇਕ ਬੰਦੇ ਦਾ ਡਿਫਰੈਂਟ ਪਰਸਪੈਕਟਿਵ ਹੁੰਦਾ ਉਹਨੂੰ, ਹੈ ਨਾ, ਜਿੱਦਾਂ ਦਾ ਵਰਕਆਊਟ ਕਰਦਾ, ਜਿੱਦਾਂ ਦਾ ਐਕਸਪੀਰੀਅੰਸ ਹੁੰਦਾ, ਉਹਦੇ ਆਪਣਾ ਐਕਸਪੀਰੀਅੰਸਿਸ ਡਿਫਰੈਂਟ ਹੁੰਦੇ, ਰਾਈਟ? ਸੋ ਮੈਂ ਆਪਣੀ ਟੌਪ 10 ਐਕਸਰਸਾਈਜ਼ ਦੱਸਦਾ। ਜੇ ਤੁਹਾਨੂੰ ਕੋਈ ਦਿਮਾਗ 'ਚ ਕੁਛ ਨਾ ਸਮਝ ਆਵੇ ਤੇ ਤੁਸੀਂ ਜਿੱਦਾਂ ਮੇਰਾ ਐਕਸਪੀਰੀਅੰਸ ਜੋ ਮੈਂ ਗੇਨ ਕੀਤਾ, ਇਹ ਜੇ 10 ਐਕਸਰਸਾਈਜ਼ਾਂ ਤੁਸੀਂ ਆਪਣੀ ਰਿਜੀਮ 'ਚ ਇਨਕਲੂਡ ਕਰੋਗੇ, ਇਹੀ 10 ਐਕਸਰਸਾਈਜ਼ਾਂ ਲਾਉਂਦੇ ਰਹੋਗੇ ਨਾ, ਤੁਹਾਡੀ ਬੋਡੀ ਤਾਂ ਵੀ ਬਣ ਜਾਣੀ। ਸੋ ਮੈਂ ਪਹਿਲੀ ਐਕਸਰਸਾਈਜ਼ ਗੱਲ ਦੱਸਦਾ। ਇਹ ਕੋਈ ਪਾਰਟੀਕੂਲਰ ਆਰਡਰ 'ਚ ਨਹੀਂ ਹੈ ਕਿ ਫਸਟ ਨੰਬਰ ਟੌਪ 1 ਹੈ ਜਾਂ ਟੌਪ, ਇਦਾਂ ਕੁਛ ਨਹੀਂ ਹੈਗਾ। ਔਨ ਦਾ ਸਪੋਟ ਜੋ ਮੇਰੀਆਂ 10 ਐਕਸਰਸਾਈਜ਼ਾਂ ਉਹਨਾਂ ਦੀ ਗੱਲ ਕਰਦਾ। ਨੰਬਰ 1 ਤੇ ਹੈਗੀ ਜੀ ਮੇਰੀ ਫਾਰਮਰ ਵਾਕਸ। ਉਹਨੇ ਫਾਰਮਰ ਵਾਕਸ ਕੀ ਹੁੰਦਾ, ਹੈਵੀ ਤੋਂ ਹੈਵੀ ਡੰਬਲ ਚੱਕਿਆ ਐਂਡ ਤੁਸੀਂ ਵਾਕ ਕਰਨਾ, ਇਹਦੇ ਨਾਲ ਤੁਹਾਡਾ ਫੁੱਲ ਬੋਡੀ ਦਾ ਜ਼ੋਰ ਲੱਗਦਾ ਵਾ। ਜਿੰਨੇ ਜ਼ਿਆਦਾ ਜ਼ਿਆਦਾ ਭਾਰਾ ਚੱਕੋਗੇ, ਰਾਈਟ, ਤੁਹਾਡੇ ਚੈਸਟ 'ਤੇ ਲੋਡ ਆ ਜਾਂਦਾ, ਤੁਹਾਡੇ ਕੋਲਰ 'ਤੇ, ਸ਼ੋਲਡਰ, ਫੋਰ ਆਰਮਸ, ਤੁਹਾਡੀ ਬੈਕ, ਤੁਹਾਡੇ ਥਾਈਸ, ਐਵਰੀਥਿੰਗ ਉਹ 'ਚ ਵਰਕ ਹੁੰਦੇ ਆ। ਫਾਰਮਰ ਵਾਕਸ ਮੈਂ ਕਰਦਾ ਹਫ਼ਤੇ 'ਚ 3 ਦਿਨ। ਇੱਕ ਦਿਨ ਮੇਰਾ ਫੁੱਲ ਬੋਡੀ ਹੁੰਦਾ, ਇੱਕ ਦਿਨ ਮੇਰਾ ਕਾਰਡੀਓ ਡੇ ਹੁੰਦਾ। ਕਾਰਡੀਓ ਡੇ ਮੋਸਟਲੀ ਮੇਰਾ ਫਾਰਮਰ ਵਾਕ ਹੀ ਮੇਰਾ ਕਾਰਡੀਓ, ਹਾਈ ਇੰਟੈਂਸਿਟੀ ਜਿਹੜਾ, ਠੀਕ ਹੈ। ਇਹ ਨੰਬਰ 1 ਚੀਜ਼ ਹੈ ਮੇਰੀ ਫੋਰ ਫੁੱਲ ਬੋਡੀ ਮਸਲ ਗਰੋਥ, ਠੀਕ ਹੈ। ਦੂਸਰਾ ਮੇਰਾ ਬੈਸਟ, ਜਿਹੜੀ ਮੇਰੀ ਬੈਸਟ ਐਕਸਰਸਾਈਜ਼ ਆ, ਮੈਂ ਲੋਕ ਪੁੱਛਦੇ ਕਿ ਸਰ ਚੈਸਟ ਕਾਫੀ ਮੈਨੂੰ ਸ਼ੁਰੂ ਤੋਂ ਹੀ ਨਾ, ਜਦੋਂ ਦੀ ਮੈਂ ਟ੍ਰੇਨਿੰਗ ਸਟਾਰਟ ਕੀਤੀ ਹੈ, ਮੈਨੂੰ ਸ਼ੁਰੂ ਤੋਂ ਹੀ ਪੁੱਛਦੇ ਸਰ ਤੁਹਾਡੀ ਚੈਸਟ ਬੜੀ ਵਧੀਆ ਗਰੋਥ ਹੋਈ ਹੈ, ਕੀ ਇਹਦਾ ਰੀਜ਼ਨ ਕੀ ਹੈ? ਮੈਂ ਸ਼ੁਰੂ ਤੋਂ ਨਾ ਪੁਸ਼ਅਪਸ ਹੀ ਲਾਉਂਦਾ ਰਿਹਾ, ਪੁਸ਼ਅਪਸ ਚੈਸਟ ਲਈ ਬੈਸਟ ਮੇਰੇ ਅਕੋਰਡਿੰਗਲੀ। ਹਰੇਕ ਬੰਦੇ ਦਾ ਡਿਫਰੈਂਟ ਹੁੰਦਾ, ਕੋਈ ਕਹਿੰਦਾ ਬੈਂਚ ਹੁੰਦੀ ਹੈ ਨਾ, ਕੋਈ ਕਹਿੰਦਾ ਡੰਬਲ ਚੈਸਟ ਪ੍ਰੈਸ ਹੁੰਦੀ ਇਨਕਲਾਈਨ। ਮੇਰੇ ਅਕੋਰਡਿੰਗਲੀ ਪੁਸ਼ਅਪ ਸਭ ਤੋਂ ਬੈਸਟ ਹੈ ਜੇ ਤੁਸੀਂ ਚੈਸਟ ਵਧੀਆ ਗਰੋ ਕਰਨੀ ਹੈ। ਤੁਸੀਂ ਕੋਈ ਹੋਰ ਐਕਸਰਸਾਈਜ਼ ਨਹੀਂ ਵੀ ਲਾਉਂਗੇ ਨਾ, ਤੁਸੀਂ ਪੁਸ਼ਅਪ ਵੀ ਲੈ ਜਾਓਗੇ, ਮੈਂ ਲਿਖ ਕੇ ਦਿੰਦਾ, ਤੁਹਾਡੀ ਚੈਸਟ ਗਰੋ ਹੋਏਗੀ, ਠੀਕ ਹੈ। ਤੀਸਰਾ ਨੰਬਰ ਹੈ ਜੀ ਸਿੰਪਲ ਡੰਬਲ ਕਰਲਸ, ਬੇਸਿਕ, ਬਿਲਕੁਲ ਬਾਈਸੈਪ ਗਰੋ ਕਰਨੇ ਆ। ਮੈਂ ਤਾਂ 15 ਸਾਲ ਹੋ ਗਏ ਮੈਂ ਡੰਬਲ ਕਰਲਸ ਹੀ ਲਾਈ ਜਾਂਦਾ, ਕੋਈ ਸ਼ੰਖ ਫਲੰਗੀ ਐਕਸਰਸਾਈਜ਼ ਕੁਛ ਨਹੀਂ ਕਰਦਾ, ਕਿਉਂਕਿ ਫੁੱਲ ਬੋਡੀ ਲਾਣੀ ਹੁੰਦੀ ਨਾ, ਉਹ ਹਰੇਕ ਬੋਡੀ ਪਾਰਟ ਦੀ ਕੀ ਐਕਸਰਸਾਈਜ਼ ਮੈਂ ਪਿੱਕ ਕਰਨੀ ਹੁੰਦੀ ਹੈ। ਤੇ ਡੰਬਲ ਕਰਲਸ ਸਭ ਤੋਂ ਬੈਸਟ ਹੈ ਜੇ ਤੁਸੀਂ ਬਾਈਸੈਪ ਗਰੋ ਕਰਨੇ ਆ। ਕਦੀ ਫਾਸਟ ਲਗਾਈ, ਕਦੀ ਅਲਟਰਨੇਟ ਡੰਬਲ ਕਰਲਸ, ਕਦੀ ਪੌਜ਼ ਕਰਕੇ ਲਗਾਈ ਇਦਾਂ ਬਾਈਸੈਪਸ। ਸੋ ਬੈਸਟ ਬਾਈਸੈਪ ਵਾਸਤੇ ਮੇਰੇ ਅਕੋਰਡਿੰਗਲੀ ਡੰਬਲ ਕਰਲਸ, ਠੀਕ ਹੈ ਜੀ। ਟ੍ਰਾਈਸੈਪ ਦੀ ਗੱਲ ਕਰਦਾ, ਟ੍ਰਾਈਸੈਪ ਵਾਸਤੇ ਸਭ ਤੋਂ ਬੈਸਟ ਐਕਸਰਸਾਈਜ਼ ਕਿਹੜੀ ਹੈ? ਟ੍ਰਾਈਸੈਪ ਵਾਸਤੇ ਮੈਂ ਜਿਹੜੀ ਬੋਡੀ ਵੇਟ ਡਿਪਸ ਹੁੰਦੇ ਨਾ, ਉਹ ਬੈਸਟ ਹੈ ਟ੍ਰਾਈਸੈਪ ਦੀ ਮਸਲ ਗਰੋਥ ਲਈ ਡਿਪਸ। ਤੇ ਮੇਰਾ ਐਕਸਪੈਰੀਮੈਂਟ ਕੀਤਾ ਹੋਇਆ ਵਾ, ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵਾਂ ਬਥੇਰੀਆਂ ਐਕਸਰਸਾਈਜ਼ਾਂ ਨਾ, ਟ੍ਰਾਈਸੈਪ ਰੋਪ ਪੁਲੀ, ਓਵਰ ਹੈਡ ਐਂਡ ਸੋ ਫੋਰਥ, ਰਾਈਟ, ਉਹਨਾਂ 'ਚ ਮੈਨੂੰ ਉਹ ਪੰਪ ਨਹੀਂ ਆਉਂਦਾ ਜੋ ਜਦੋਂ ਵੀ ਮੈਂ ਡਿਪਸ ਲਗਾਉਂਦਾ, ਜੋ ਪੰਪ, ਜੋ ਗਰੋਥ ਮੇਰੀ ਉਹਦੇ ਨਾਲ ਹੁੰਦੀ ਹੈ ਟ੍ਰਾਈਸੈਪਸ ਦੀ, ਕਿਸੇ ਹੋਰ ਐਕਸਰਸਾਈਜ਼ ਨਾਲ ਨਹੀਂ ਹੋਈ। ਇਹ ਮੇਰਾ ਪਰਸਨਲ ਓਪੀਨੀਅਨ ਹੈ। ਸੋ ਤੁਸੀਂ ਡਿਪਸ, ਟ੍ਰਾਈਸੈਪ ਡਿਪਸ ਨੂੰ ਇਨਕਲੂਡ ਕਰ ਸਕਦੇ ਹੋ ਫੋਰ ਟ੍ਰਾਈਸੈਪਸ। ਹੁਣ ਗੱਲ ਕਰਦੇ ਹਾਂ ਸ਼ੋਲਡਰਸ ਦੀ। ਮੇਰੇ ਅਕੋਰਡਿੰਗਲੀ ਨੰਬਰ 1 ਐਕਸਰਸਾਈਜ਼ ਸ਼ੋਲਡਰਸ ਦੀ ਹੈ, ਜੋ ਸਾਈਡ ਰੇਜ਼, ਤੁਸੀਂ ਸ਼ੋਲਡਰ ਪ੍ਰੈਸ ਲਗਾ ਲਓ, ਹੈ ਨਾ, ਜਿੰਨਾ ਮਰਜ਼ੀ ਸ਼ੋਲਡਰ ਪ੍ਰੈਸ ਲਗਾ ਲਓ, ਜਦ ਤੱਕ ਤੁਹਾਡੀ ਇਹ ਚੀਜ਼ ਨਹੀਂ ਨਾ ਵਧੀਆ, ਸਾਈਡ ਸ਼ੋਲਡਰ ਤੁਹਾਡੀ, ਉਹ ਇੱਕ ਵੀ ਟੈਪਰ ਕਹਿੰਦੇ ਨਾ ਉੱਪਰੋਂ ਦੀ ਜਿਹੜੀ ਲੁੱਕ ਹੁੰਦੀ ਹੈ ਸ਼ੋਲਡਰਸ ਦੀ, ਉਹ ਇਹੀ ਲਗਾ ਕੇ ਆਉਣੀ, ਸਾਈਡ ਸ਼ੋਲਡਰ। ਇਹ ਮੇਰੀ ਸਭ ਤੋਂ ਬੈਸਟ ਐਕਸਰਸਾਈਜ਼ ਹੈ ਜੇ ਤੁਸੀਂ ਸ਼ੋਲਡਰ ਡਿਵੈਲਪ ਕਰਨੇ, ਇਕੱਲੀ ਤੁਸੀਂ ਇਹੀ ਚੀਜ਼ਾਂ ਲੈਂਦੇ ਰਹੋਗੇ ਨਾ, ਕਿਉਂਕਿ ਜਦੋਂ ਤੁਸੀਂ ਪੁਸ਼ਅਪਸ ਵਗੈਰਾ ਲਾਣੇ ਨਾ, ਉਹ ਤੁਹਾਡੇ ਫਰੰਟ ਡੈਲਟਸ ਇਨਕਲੂਡ ਹੋ ਜਾ ਰਹੇ ਆ, ਉਹ ਤੁਸੀਂ ਨਹੀਂ ਵੀ ਲਾਉਂਗੇ ਨਾ ਸ਼ੋਲਡਰ ਪ੍ਰੈਸ ਜਾਂ ਫਰੰਟ ਸ਼ੋਲਡਰ
ਉਹ ਨਹੀਂ ਵੀ ਲਾਉਂਗੇ, ਪੁਸ਼ਅਪਸ ਹੀ ਲਾਉਂਦੇ ਰਹੋਗੇ, ਉਹਦੇ 'ਚ ਤੁਹਾਡੇ ਫਰੰਟ ਡੈਡਸ ਜਿਹੜੇ ਆ ਗਰੋ ਹੋ ਜਾਣੇ। ਸੋ ਬੈਸਟ ਜਿਹੜੀ ਮੇਰੀ ਐਕਸਰਸਾਈਜ਼ ਆ ਪਰਸਨਲ ਉਹ ਹੈਗੀ ਆ ਡੰਬਲ ਸਾਈਡ ਰੇਸ। ਇਹ ਹੋ ਗਈ ਤੁਹਾਡੀ ਕਾਰਡੀਓ ਆ ਗਿਆ ਜੀ, ਪੁਸ਼ਅਪਸ ਆ ਗਈ ਤੁਹਾਡੀ ਚੈਸਟ ਦੀ, ਡੰਬਲ ਕਰਲਸ ਆ ਗਈ ਤੁਹਾਡੀ ਬਾਈਸੈਪ ਦੀ, ਟ੍ਰਾਈਸੈਪ ਵਾਸਤੇ ਡਿਪਸ ਬੈਕ ਵਾਸਤੇ, ਬਾਰਬੈਲ ਰੋਜ਼, ਦੋ ਬੈਕ ਦੀ ਐਕਸਰਸਾਈਜ਼ ਆ ਮੇਰੀਆਂ ਬੈਸਟ, ਇੱਕ ਪੁਲਅਪਸ। ਇਹ ਦੋ ਬੈਕ ਦੀਆਂ ਐਕਸਰਸਾਈਜ਼ ਆ ਮੇਰੇ ਲਈ ਬੈਸਟ ਆ। ਬਾਰਬੈਲ ਰੋਜ਼ ਕੀ ਆ, ਮੇਰੀ ਬੈਕ ਇੱਦਾਂ ਮੂਵ ਕਰਦੀ ਆ, ਠੀਕ ਹੈ, ਇਹ ਐਂਗਲ ਤੋਂ, ਤੇ ਜੋ ਮੈਂ ਪੁਲਅਪਸ ਕਰਦਾ ਉਦੋਂ ਮੇਰੀ ਬੈਕ ਇਹ ਐਂਗਲ ਚ ਮੂਵ ਕਰਦੀ ਹੈ। ਦੋ ਐਂਗਲ ਬੈਸਟ ਹੁੰਦੇ ਆ ਜੋ ਤੁਸੀਂ ਆਪਣੀ ਗਰੋਇੰਗ ਕਰਨੀ ਹੁੰਦੀ ਨਾ ਬੈਕ ਦੀ, ਇਹ ਦੋ ਐਂਗਲ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਹਿੱਟ ਕਰਦੇ ਹੋ, ਚਾਹੇ ਪੁਲਅਪਸ ਲਗਾਓ, ਚਾਹੇ ਲੈਟਸ ਪੁਲੀ ਲਗਾ ਲਓ, ਹੈ ਨਾ, ਤੇ ਬਾਰਬਲ ਰੋ ਦੇ ਵਿੱਚ ਤੁਸੀਂ ਚਾਹੇ ਗਰਾਊਂਡ ਪੁਲੀ ਲਗਾਓ, ਵਨ ਆਰਮ ਰੋ ਲਗਾਓ, ਇਹ ਸਾਰੀਆਂ ਰੋਇੰਗ ਐਕਸਰਸਾਈਜ਼ ਹੁੰਦੀਆਂ ਨਾ, ਹੋਰ ਵੀ ਐਕਸਰਸਾਈਜ਼ ਬਹੁਤ ਹੈ, ਬਟ ਮੇਰੀ ਪਰਸਨਲ ਫੇਵਰੇਟ ਐਕਸਰਸਾਈਜ਼ ਹੈਗੀ ਹੈ ਬਾਰਬਲ, ਬੇਸਿਕ ਬਾਰਬਲ ਰੋ ਐਂਡ ਪੁਲਅਪਸ, ਇਹ ਹੈਗੀਆਂ ਮੇਰੀਆਂ ਦੋ ਤੁਹਾਡੀਆਂ ਬੈਕ ਦੀਆਂ ਐਕਸਰਸਾਈਜ਼ਾਂ। ਹੁਣ ਆਪਾਂ ਗੱਲ ਕਰਦੇ ਲੈਗਸ ਦੀ, ਮੇਰੀ ਬੈਸਟ ਐਕਸਰਸਾਈਜ਼ਾਂ ਕਿਹੜੀਆਂ ਲੈਗਸ ਵਾਸਤੇ। 7 ਨੰਬਰ ਹੈਗਾ ਜੀ ਲੈਗਸ, ਲੈਗ ਵਾਸਤੇ ਮੈਂ ਪਹਿਲਾਂ ਨਾ ਬਾਰਬਲ ਸਕੁਆਟਸ ਲਗਾਉਂਦਾ ਸੀ, ਜਦੋਂ ਵੀ ਮੈਂ ਬਾਰਬਲ ਸਕੁਆਟਸ ਲਗਾਉਂਦਾ ਮੇਰੀ ਪਿੱਠ ਜਿਹੜੀ ਸਟਿਫ ਰਹਿੰਦੀ ਸੀ, ਚਾਹੇ ਮੈਂ ਬੇਸਿਕ ਲਗਾਵਾਂ, ਚਾਹੇ ਮੈਂ ਲਾਈਟ ਲਗਾਵਾਂ, ਹੈ ਨਾ, ਹੈਵੀ 'ਚ ਤਾਂ ਚਲੋ ਬੈਕ 'ਤੇ ਜੋ ਲੋਡ ਆਉਣਾ ਹੀ ਆ, ਮੈਂ ਜਦੋਂ ਲਾਈਟ ਵੀ ਲਾਉਂਦਾ ਸੀ ਨਾ ਤਾਂ ਵੀ ਮੇਰੀ ਪਿੱਠ ਤਾਂ ਅਕੜੀ ਰਹਿੰਦੀ ਸੀ ਸਾਰਾ ਦਿਨ। ਸੋ ਮੈਂ ਉਹਦਾ ਇੱਕ ਅਲਟਰਨੇਟ ਕੱਢਿਆ, ਮੈਂ ਕੀ ਕਰਦਾ ਦੋ ਡੰਬਲ ਭਾਰੇ ਚੱਕਦਾ, ਹੈਵੀ ਤੋਂ ਹੈਵੀ ਜਿੰਨੀ ਮੇਰੀ ਕਪੈਸਿਟੀ ਆ, ਦੋ ਡੰਬਲ ਚੱਕ ਕੇ ਐਂਡ ਆਈ ਡੂ ਡੰਬਲ ਸਕੁਆਟਸ, ਇੱਦਾਂ ਬੇਸਿਕ ਡੰਬਲ ਸਕੁਆਟਸ ਬੇਸਿਕ। ਇਹਦੇ 'ਚ ਮੇਰੀ ਜੋ ਗਰੋ ਹੋਈ ਹੈ ਨਾ ਲੈਗਸ ਦੀ, ਹੈ ਨਾ, ਸ਼ਾਇਦ ਹੀ ਮੇਰੀ ਬਾਰਬਲ ਦੇ ਨਾਲ ਗਰੋ ਹੁੰਦੀ, ਕਿਉਂਕਿ ਬਾਰਬਲ ਸਕੁਆਟ ਜਦੋਂ ਵੀ ਮੈਂ ਲਗਾਉਂਦਾ ਮੇਰਾ ਪਿੱਠ 'ਤੇ ਲੋਡ ਆ ਜਾਂਦਾ, ਮੇਰਾ ਲੈਗਸ ਪੰਪ ਹੀ ਨਹੀਂ ਹੋ ਪਾਉਂਦੀਆਂ। ਤੁਸੀਂ ਵੀ ਕਦੀ ਟਰਾਈ ਕਰਿਓ, ਡੰਬਲ ਇੱਦਾਂ ਫੜੋਗੇ, ਡੰਬਲ ਕਰਲਸ ਲਗਾਈ, ਸੋਰੀ ਡੰਬਲ ਸਕੁਆਟਸ ਲਗਾਈ ਜਾਓਗੇ ਜਦੋਂ ਤੁਸੀਂ, ਤੇ ਦੇਖੋਗੇ ਤੁਹਾਡੇ ਜਿਹੜੇ ਆਊਟਰ ਕੁਆਡਸ ਆ ਨਾ ਉਹ ਬਿਲਕੁਲ ਹੀ ਪੰਪ ਹੋ ਜਾਣੇ, ਬਹੁਤ ਜ਼ਿਆਦਾ ਫਟੀਗ ਹੋ ਜਾਣੇ। ਬੈਸਟ ਮੇਰੀ ਗਰੋ ਜਿਹੜੀ ਲੈਗਸ ਹੋਈਆਂ ਵਾ ਉਹ ਮੇਰੀਆਂ ਡੰਬਲ ਸਕੁਆਟਸ ਨਾਲ ਹੀ ਗਰੋ ਹੋਈਆਂ, ਡੰਬਲ ਸਕੁਆਟਸ, ਠੀਕ ਹੈ। ਹੁਣ 8 ਨੰਬਰ ਗੱਲ ਕਰਦੇ ਹਾਂ, ਇਹ ਤਾਂ ਹੋ ਗਈ ਜੀ ਡੰਬਲ ਸਕੁਆਟਸ ਤੁਹਾਡੀ ਮੋਰੀ ਲੱਤਾਂ ਦੀ, ਜਿਹਨੂੰ ਆਪਾਂ ਕਹਿੰਦੇ ਹਾਂ ਕੁਆਡਸ, ਰਾਈਟ। ਹੁਣ ਹੈਮਸਟ੍ਰਿੰਗ ਵੀ ਜ਼ਰੂਰੀ ਹੈ, ਹੈਮਸਟ੍ਰਿੰਗ ਵਾਸਤੇ ਮੇਰੀ ਨੰਬਰ 1 ਐਕਸਰਸਾਈਜ਼, ਬੈਸਟ ਐਕਸਰਸਾਈਜ਼ ਹੈ ਸੂਮੋ ਸਕੁਆਟ, ਲੈਗਸ ਵਾਈਡ ਐਂਡ ਆਈ ਡੂ ਸੂਮੋ ਸਕੁਆਟ, ਠੀਕ ਹੈ, ਆਹ ਪੋਜੀਸ਼ਨ ਹੁੰਦੀ ਹੈ ਸੂਮੋ ਸਕੁਆਟਸ, ਬੈਸਟ ਐਕਸਰਸਾਈਜ਼ ਹੈ ਇਹ। ਮੈਂ ਚੇਂਜ ਕਰ ਕਰਕੇ ਲਗਾਉਂਦਾ, ਚੇਂਜ ਕਰ ਕਰਕੇ ਕਿੱਦਾਂ, ਕਿਸੇ ਟਾਈਮ ਲਾਈਟ ਵੇਟ ਚੱਕ ਕੇ ਹਾਈ ਰੈਪਸ ਲਗਾਉਣਾ, ਕਦੀ ਹੈਵੀ ਚੱਕ ਕੇ ਇੱਕ ਦੋ ਤਿੰਨ ਚਾਰ ਰੈਪ ਲੱਗਦੇ ਮੇਰੇ ਕੋਲ, ਅਤੇ ਕਦੀ ਕਦੇ ਮੀਡੀਅਮ ਵੇਟ ਚੱਕ ਕੇ ਨਾ ਮੈਂ ਤਾਂ ਪੌਜ਼ ਕਰਦਾ, ਇੱਦਾਂ ਪੌਜ਼ 3-4-5 ਸੈਕਿੰਡ ਦਾ ਪੌਜ਼ ਐਂਡ ਆਈ ਲਿਫਟ ਅਪ, 3-4-5 ਸੈਕਿੰਡ ਦਾ ਪੌਜ਼ ਐਂਡ ਆਈ ਲਿਫਟ ਅਪ। ਇਹ ਹੋ ਗਈਆਂ ਆਪਣੀਆਂ ਲੈਗਸ ਦੀ ਐਕਸਰਸਾਈਜ਼ ਸੂਮੋ ਸਕੁਆਟਸ। ਤੁਹਾਡੀ ਚੈਸਟ ਦੀ ਐਕਸਰਸਾਈਜ਼ ਹੋ ਗਈ, ਤੁਹਾਡੇ ਬਾਈਸੈਪ ਦੀ ਐਕਸਰਸਾਈਜ਼, ਤੁਹਾਡੇ ਟ੍ਰਾਈਸੈਪ ਦੀ ਹੋ ਗਈ, ਤੁਹਾਡੀ ਬੈਕ ਦੀ ਹੋ ਗਈ, ਰਾਈਟ, ਅਤੇ ਤੁਹਾਡੀ ਹੋ ਗਈਆਂ ਜੀ ਲੈਗਸ। ਸ਼ੋਲਡਰ 'ਚ ਮੈਂ ਲਿਖਿਆ ਨਹੀਂ ਸੀ, ਸ਼ੋਲਡਰ ਵੱਲੋਂ, ਸ਼ੋਲਡਰ ਦੀ ਮੈਂ ਜਿੱਦਾਂ ਗੱਲ ਕੀਤੀ ਸੀ ਡੰਬਲ ਸਾਈਡ ਰੇਜ਼ਸ। ਇਹ ਤਾਂ ਹੋ ਗਿਆ ਆਪਣਾ ਸਾਰਾ ਲੈਗਸ ਦਾ, ਸ਼ੋਲਡਰ, ਚੈਸਟ ਵਗੈਰਾ। ਹੁਣ ਐਬਸ ਦੀ ਗੱਲ ਕਰਦੇ ਹਾਂ, ਇਹ ਵੀ ਜ਼ਰੂਰੀ ਹੈ। ਨੰਬਰ 10 ਮੇਰੀ ਬੇਸਿਕ ਜਿਹੜੀ ਸਭ ਤੋਂ ਬੈਸਟ ਐਬ ਦੀ ਐਕਸਰਸਾਈਜ਼ ਆ ਉਹ ਮੈਂ ਨਾ ਹੈਂਗਿੰਗ ਲੈਗ ਰੇਜ਼ ਹੀ ਲਗਾਉਂਦਾ, ਬੈਸਟ ਹੈ ਮੇਰੇ ਲਈ ਉਹ ਹੈਂਗਿੰਗ ਲੈਗ ਰੇਜ਼ਸ, ਕਿਉਂਕਿ ਜਿਹੜੀ ਇਹ ਚੀਜ਼ ਹੈ ਨਾ ਅਪਰ ਐਬਸ ਜਿਹੜੇ ਹੁੰਦੇ ਆ ਉਹ ਜਦੋਂ ਵੀ ਅਸੀਂ ਕੋਈ ਐਕਸਰਸਾਈਜ਼ ਲਗਾਉਂਦੇ ਹਾਂ ਖੜੇ ਹੋ ਕੇ ਜਾਂ ਸਕੁਆਟਸ ਕਰਦੇ ਹਾਂ ਡੈਡ ਜਾਂ ਤੁਸੀਂ ਕੋਈ ਵੀ ਐਕਸਰਸਾਈਜ਼ ਯੂਜ਼ ਕਰਦੇ ਹੋ ਉਹ ਤੁਹਾਡੇ ਆਲਮੋਸਟ ਨਾ ਇਨਡਾਇਰੈਕਟਲੀ ਜਿਹੜੇ ਐਬਸ ਆ ਅਪਰ
ਅਪਰ ਪੋਰਸ਼ਨ ਟ੍ਰੇਨ ਹੋ ਜਾਂਦਾ ਵਾ, ਠੀਕ ਹੈ, ਬਟ ਲੋਅਰ ਪੋਰਸ਼ਨ ਬਹੁਤ ਘੱਟ ਟ੍ਰੇਨ ਹੁੰਦਾ ਵਾ। ਸੋ ਦੈਟਸ ਵਾਈ ਮੈਂ ਨਾ ਜਿਹੜੀ ਹੈਂਗਿੰਗ ਲੈਗ ਰੇਜ਼ ਹੈ, ਹੈਂਗਿੰਗ ਲੈਗ ਰੇਜ਼ ਮੈਂ ਉਹੀ ਲਗਾ ਰਿਹਾ। ਹੁਣ ਤਾਂ ਇੰਨਾ ਟਾਈਮ ਹੋ ਗਿਆ ਨਾ, ਹੁਣ ਤਾਂ ਮੈਂ ਜਿੱਦਾਂ 24 ਕਿਲੋ ਡੰਬਲ ਪਾ ਲੈਣਾ ਲੱਤਾਂ 'ਚ, ਅਤੇ 24 ਕਿਲੋ ਡੰਬਲ ਪਾ ਗਿਆ ਨਾ, ਅਤੇ ਮੈਂ ਦੋਨੋਂ ਲੱਤਾਂ ਇੱਦਾਂ ਲਿਫਟ ਅਪ ਕਰਦਾ। ਸੋ ਗਾਈਜ਼, ਇਹ ਮੇਰੀਆਂ 10 ਐਕਸਰਸਾਈਜ਼ਾਂ, ਟੋਪ 10 ਐਕਸਰਸਾਈਜ਼ਿਸ, ਜੇ ਤੁਸੀਂ ਫੁੱਲ ਬਾਡੀ ਗਰੋ ਕਰਨਾ ਚਾਹੁੰਦੇ ਹੋ, ਤੁਸੀਂ ਨਾ ਵੀਕ 'ਚ ਇੱਕ ਦਿਨ ਛੱਡ ਕੇ 3 ਟਾਈਮਸ ਏ ਵੀਕ ਜੇ ਇਹੀ ਲਗਾਉਂਦੇ ਰਹੋਗੇ ਨਾ, ਜੇ ਤੁਹਾਨੂੰ ਨਹੀਂ ਸਮਝ ਆਉਂਦੀ ਮੈਂ ਕਿਹੜਾ ਵਰਕਆਊਟ ਕਰਾਂ, ਹੈ ਨਾ, ਕਿਹੜਾ ਨਾ, ਕਿਸ ਤਰ੍ਹਾਂ ਦਾ ਮੈਂ ਫੋਲੋਅਪ ਕਰਾਂ, ਤੁਸੀਂ ਹਫ਼ਤੇ 3 ਦਿਨ 1 ਦਿਨ ਛੱਡ ਕੇ ਇਹੀ ਸਾਰਾ ਕੁਝ ਲਗਾਉਂਦੇ ਰਹੋਗੇ ਨਾ, ਮੈਂ ਲਿਖ ਕੇ ਤੁਹਾਨੂੰ ਦੇ ਸਕਦਾ ਤੇ ਕੀ ਤੁਹਾਡੀ ਬੋਡੀ ਗਰੋ ਹੋਏਗੀ। ਸੋ ਗਾਈਜ਼, ਸ਼ੇਅਰਡ ਮਾਈ ਟੋਪ 10 ਐਕਸਰਸਾਈਜ਼ਿਸ ਫੋਰ ਫੁੱਲ ਬਾਡੀ ਗਰੋਥ। ਸੋ ਮਿਲੂੰਗਾ ਨੈਕਸਟ ਵੀਡੀਓ 'ਚ। ਥੈਂਕ ਯੂ।